ਸਾਡਾ ਪਹਿਲੇ ਹੀ ਦਿਨ ਤੋਂ ਮੋਟਿਵ ਸੀਗਾ ਕਿ ਜਿਹੜੀ ਵੀ ਸੰਗਤ ਆਵੇ ਜਿਹੜਾ ਵੀ ਭੋਜਨ ਛਕਣ ਆਵੇ ਉਹਨੂੰ ਅੱਛੀ ਤਰੀਕੇ ਨਾਲ ਖਵਾਈਏ। ਅਸੀਂ ਕੁਆਂਟਿਟੀ ਦੇ ਮਗਰ ਨਹੀਂ ਸੀ ਦੌੜਨਾ ਚਾਹੁੰਦੇ, ਅਸੀਂ ਸੈਟਿਸਫੈਕਸ਼ਨ ਸਾਨੂੰ ਚਾਹੁੰਦੇ ਸੀ। ਇੱਕ 10 ਰੁਪਏ ਕਹਿਣਾ ਹੀ ਮੁੱਲ ਸਮਝਣਾ ਛੋਟਾ ਮੁੱਲ ਗਿਣਿਆ ਜਾਂਦਾ, ਪਰ ਜਦੋਂ ਦਾਨੀ ਲੋਕਾਂ ਦਾ ਜਾਂ ਸਹਿਯੋਗ ਅਤੇ ਮੈਂਬਰਾਂ ਦਾ ਸਹਿਯੋਗ ਅਤੇ ਮੈਂਬਰਾਂ ਦਾ ਸਮਾਂ, ਉਹ ਸਭ ਤੋਂ ਵੱਡੀ ਉਪਲਬਧੀ ਹੁੰਦੀ ਹੈ। ਨਹੀਂ ਕਿ ਆਪਣੇ ਇੱਕ ਭਟੂਰਾ ਖਾ ਲਿਆ, ਅੱਜ ਕੱਲ੍ਹ 15 ਰੁਪਏ ਦਾ ਇੱਕ ਭਟੂਰਾ ਹੀ ਹੈ, ਉਹ ਭਟੂਰਾ ਖਾ ਕੇ ਉਹਦਾ ਨਾ ਪੇਟ ਭਰਦਾ ਪਰ ਹੁੰਦਾ ਵੀ ਉਹ ਹੈਗੀ ਜਿਹਾ ਹੀ ਆ, ਕੋਈ ਏਡਾ ਵਧੀਆ ਤਾਂ ਹੁੰਦਾ ਨਹੀਂ। ਹਾਂਜੀ ਹਾਂਜੀ, ਇੱਥੇ ਜਿਹੜਾ ਵਾ ਚਾਵਲ, ਚਾਵਲ ਨਾਲ ਚਾਵਲ, ਰੋਟੀ ਨਾਲ ਰੋਟੀ, ਪਲੱਸ ਨਾਲ ਇੱਕ ਸਬਜ਼ੀ, ਸੁੱਕੀ ਸਬਜ਼ੀ, ਪੀਲੀ ਸਬਜ਼ੀ, ਠੀਕ ਹੈ ਨਾ, ਔਰ ਪੂਰਾ ਐਨ ਵਧੀਆ ਖਾਣਾ ਜਿਹੜਾ ਕਿ ਇੱਥੇ ਤਿਆਰ ਕਰਕੇ ਉਹਨਾਂ ਨੂੰ ਮਿਲਦਾ, ਇਹ ਪੌਸ਼ਟਿਕ ਭੋਜਨ ਉਹਨਾਂ ਨੂੰ ਮਿਲਦਾ। ਸੋ ਅੱਜ ਲੈ ਕੇ ਆਏ ਹਾਂ ਬਟਾਲਾ ਸ਼ਹਿਰ ਦੇ ਵਿੱਚ, ਜਿੱਥੇ ਕਿ ਇੰਨੀ ਮਹਿੰਗਾਈ ਦੇ ਵਿੱਚ ਵੀ ਜਿਹੜੀ ਹੈ 10 ਰੁਪਏ ਥਾਲੀ, 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਜਿਹੜਾ ਹੈ ਖਵਾਇਆ ਜਾਂਦਾ ਹੈ। ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਕ ਵਾਰੀ ਕਿ JCI ਰਸੋਈ ਗਰਮਾ ਗਰਮ ਦਾਲ, ਚਾਵਲ ਅਤੇ ਫੁਲਕੇ, ਅਤੇ ਅੱਜ ਨਵਰਾਤਿਆਂ ਦੇ ਵਿੱਚ ਸਪੈਸ਼ਲ ਜਿਹੜੀ ਡਿਸ਼ ਬਣਾਈ ਗਈ ਹੈ ਕੜਾਹ ਪ੍ਰਸ਼ਾਦ। ਮਾਤਾ ਰਾਣੀ ਦੀ ਕਿਰਪਾ ਹੋਈ ਹੈ ਸਾਰਿਆਂ 'ਤੇ, ਅੱਜ ਪਹਿਲੇ ਨਵਰਾਤੇ ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ, ਅਤੇ ਨਾਲ ਦੀ ਨਾਲ ਉਹਨਾਂ ਨੇ ਕੜਾਹ ਪ੍ਰਸ਼ਾਦ ਵੀ ਜਿਹੜਾ ਲਗਾਇਆ ਗਿਆ। ਹਰ ਰੋਜ਼ ਜਿਹੜੀ ਡਿਸ਼ ਤਿਆਰ ਹੁੰਦੀ ਹੈ ਅਲੱਗ ਅਲੱਗ, ਦੁਪਹਿਰ ਤੋਂ 12 ਵਜੇ ਤੋਂ ਲੈ ਕੇ 3 ਵਜੇ ਤੱਕ ਜਿਹੜੀ ਹੈ ਥਾਲੀ ਚੱਲਦੀ ਹੈ, 10 ਰੁਪਏ ਥਾਲੀ ਹੈ। ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਕੀ ਕਹਿਣਾ ਉਹਨਾਂ ਦਾ, ਅਤੇ ਕਦੋਂ ਤੋਂ ਜਿਹੜੀ ਹੈ ਸੇਵਾ ਚੱਲਦੀ ਪਈ ਹੈ, ਗੱਲਬਾਤ ਕਰਦੇ ਹਾਂ ਜੀ। ਨਮਸਕਾਰ ਭਾਅ ਜੀ, ਕੀ ਨਾਮ ਜੀ? ਬਾਂਸਲ ਸਾਹਿਬ, ਕਿੱਦਾਂ ਦੇਖਦੇ ਹੋ ਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ 10 ਰੁਪਏ ਥਾਲੀ ਜਿਹੜੀ ਹੈ ਭੋਜਨ ਛਕਾ ਰਹੇ ਹੋ ਲੋਕਾਂ ਨੂੰ, ਕੀ ਕਹਿਣਾ ਚਾਹੁੰਦੇ? ਤੁਸੀਂ ਇਹੀ ਕਹਿਣਾ ਚਾਹਾਂਗੇ ਕਿ 10 ਰੁਪਏ ਰੱਖਣ ਦਾ ਸਾਡਾ ਇੱਕ ਛੋਟਾ ਜਿਹਾ ਪਿੱਛੇ ਮੋਟਿਵ ਸੀਗਾ ਜੀ, ਭੋਜਨ ਅਸੀਂ ਫ੍ਰੀ ਵੀ ਖਵਾ ਸਕਦੇ ਸੀਗੇ, 10 ਰੁਪਏ ਰੱਖਣ ਦਾ ਸਾਡਾ ਇਹੀ ਕਾਰਨ ਸੀ ਕਿ ਤਾਂ ਕਿ ਜਿਹੜਾ ਵੀ ਕੋਈ ਬੰਦਾ ਆਵੇ 10 ਰੁਪਏ ਦੇਵੇ ਜੀ, ਉਹਨੂੰ ਇਹ ਨਾ ਮਹਿਸੂਸ ਹੋਏ ਕਿ ਮੈਂ ਯਾਰ ਦਿੱਲੀ ਆਉਂਦਾ ਹੈ ਅਤੇ ਦਿੱਲੀ ਮੈਨੂੰ ਫ੍ਰੀ ਭੋਜਨ ਮਿਲਦਾ, ਕੱਲ੍ਹ ਨੂੰ ਕੋਈ ਮੈਨੂੰ ਪਿੰਨ ਪੁਆਇੰਟ ਕਰ ਦੇਗਾ ਵੀ ਤੂੰ ਤਾਂ ਰੋਜ਼ ਹੀ ਇੱਥੇ ਆ ਜਾਂਦਾ ਮੈਂ ਭੋਜਨ ਖਾਣ ਲਈ, ਇੱਕ ਤਾਂ ਉਹਦਾ ਆਤਮ ਸਨਮਾਨ ਬਣਿਆ ਰਹੇ, ਦੂਸਰਾ ਉਹਨੂੰ ਇਹ ਪਤਾ ਕਿ ਮੈਂ ਯਾਰ 10 ਰੁਪਏ ਦਿੱਤੇ ਹੈ, ਅਗਰ ਦਿੱਤੇ ਤਾਂ ਮੈਂ ਉਸ ਹਿਸਾਬ ਨਾਲ ਹੀ ਗਾਹ ਭੋਜਨ ਲੈਣਾ, ਮੈਂ ਜੀ ਜੀ ਉਸ ਹਿਸਾਬ ਨਾਲ ਹੀ ਭੋਜਨ ਥਾਲੀ 'ਚ ਪਵਾਉਣਾ ਹੈ, ਖਾਣਾ ਹੈ, ਤਾਂ ਕਿ ਮੈਂ ਉਹਨੂੰ ਵੇਸਟ ਨਾ ਕਰਾਂ, ਕਿਉਂਕਿ ਉਹਦੀ ਵੀ ਕਮਾਈ ਦਾ ਕੁਛ ਅੰਸ਼ ਉਹ 10 ਰੁਪਏ 'ਚ ਸਾਨੂੰ ਦੇ ਰਿਹਾ ਹੈ ਜੀ ਜੀ, ਅਤੇ ਅਸੀਂ ਹੈ ਡੇਲੀ ਇੱਕ ਸ਼ਡਿਊਲ ਬਣਾਇਆ ਹੈ ਉਸ ਹਿਸਾਬ ਦੇ ਨਾਲ, ਇਹਨਾਂ ਨੂੰ ਅਸੀਂ ਇੱਕ ਦਾਲ, ਦੋ ਤਿੰਨ ਚਪਾਤੀਆਂ, ਸੁੱਕੀ ਸਬਜ਼ੀ ਔਰ ਮਿੱਠਾ ਅਸੀਂ ਹਫ਼ਤੇ 'ਚ ਇੱਕ ਵਾਰੀ ਇਸ ਥਾਲੀ ਦੇ ਵਿੱਚ ਪ੍ਰੋਵਾਈਡ ਕਰਵਾਉਂਦੇ ਹਾਂ। ਬਾਂਸਲ ਸਾਹਿਬ, ਬੜੇ ਆਰਾਮ ਦੇ ਨਾਲ ਸੰਗਤਾਂ ਭੋਜਨ ਛਕਦੀਆਂ ਨੇ, ਪੱਖੇ ਦੇ ਥੱਲੇ ਬਹਿ ਕੇ ਟੇਬਲ ਚੇਅਰਸ ਲੱਗੇ ਹੁੰਦੇ ਆ, ਬੜਾ ਵਧੀਆ ਮਾਹੌਲ ਘਰ ਵਰਗਾ, ਕੀ ਕਹਿਣਾ ਚਾਹੁੰਦੇ? ਕਿਉਂਕਿ ਸਾਡਾ ਪਹਿਲੇ ਹੀ ਦਿਨ ਤੋਂ ਮੋਟਿਵ ਸੀਗਾ ਕਿ ਜਿਹੜੀ ਵੀ ਸੰਗਤ ਆਵੇ ਜਿਹੜਾ ਵੀ ਭੋਜਨ ਛਕਣ ਆਵੇ ਉਹਨੂੰ ਅੱਛੀ ਤਰੀਕੇ ਨਾਲ ਖਵਾਈਏ। ਅਸੀਂ ਕੁਆਂਟਿਟੀ ਦੇ ਮਗਰ ਨਹੀਂ ਸੀ ਦੌੜਨਾ ਚਾਹੁੰਦੇ, ਅਸੀਂ ਸੈਟਿਸਫੈਕਸ਼ਨ ਸਾਨੂੰ ਚਾਹੁੰਦੇ ਸੀ, ਤਾਂ ਕਿ ਜਿਹੜਾ ਸਾਡੇ ਕੋਲ ਕੋਈ ਭੋਜਨ ਖਾਣ ਆ ਰਿਹਾ ਉਹਦੀ ਵੀ ਤਸੱਲੀ ਹੋਵੇ ਅਤੇ ਸਾਡੀ ਆਤਮਾ ਨੂੰ ਵੀ ਤਸੱਲੀ ਹੋਵੇ, ਸਾਨੂੰ ਵੀ ਤਸੱਲੀ ਹੋਵੇ ਕਿ ਵਾਕਈ ਹੀ ਜਿਹੜਾ ਭੋਜਨ ਖਾਣ ਆ ਰਿਹਾ ਬੜੇ ਅੱਛੇ ਤਰੀਕੇ ਦੇ ਨਾਲ ਉਹ ਆਪਣਾ ਭੋਜਨ ਇੱਥੋਂ ਖਾ ਕੇ ਜਾ ਰਿਹਾ। ਸੁਭਾਨ ਸਾਹਿਬ, ਕਿੰਨੀ ਕੁ ਦੇਰ ਤੋਂ ਜਿਹੜਾ ਉਪਰਾਲਾ ਸ਼ੁਰੂ ਕੀਤਾ ਗਿਆ? ਸਾਡਾ ਉਪਰਾਲਾ ਪਿਛਲੇ 2 ਸਾਲ ਤੋਂ ਚੱਲ ਰਿਹਾ ਸੀਗਾ, ਅਸੀਂ ਇਹਨੂੰ ਦੁਬਾਰਾ ਜਿਹੜੀ ਹੈ ਜਗ੍ਹਾ ਆਪਣੀ ਰੀਲੋਕੇਟ ਕੀਤੀ ਹੈ, ਪਹਿਲੇ ਆਊਟਸਾਈਡ ਕਪੂਰੀ ਗੇਟ
ਜੀ ਸੇਵਾ ਧਾਮ ਦੇ ਵਿੱਚ ਚੱਲ ਰਿਹਾ ਸੀ, ਜਿੱਥੇ ਡੇਢ ਪੌਣੇ ਕੁ ਦੋ ਸਾਲ ਚੱਲਿਆ, ਹੁਣ ਇੱਥੇ ਅਸੀਂ ਦੁਬਾਰਾ 10 ਦਿਨ ਤੋਂ ਦੁਬਾਰਾ ਰੀਸਟਾਰਟ ਕੀਤੀ ਹੈ। ਸਾਡਾ ਇਨੀਸ਼ਲੀ 100 ਲੋਕਾਂ ਦਾ ਭੋਜਨ ਡੇਲੀ ਬਣ ਰਿਹਾ, 12:30 ਤੋਂ ਸਾਡਾ ਭੋਜਨ ਸਟਾਰਟ ਹੋ ਜਾਂਦਾ, 2:30-3 ਵਜੇ ਤੱਕ ਜਦੋਂ ਤੱਕ ਸਾਡਾ ਭੋਜਨ ਹੁੰਦਾ ਹੈ ਉਨੀ ਦੇਰ ਤੱਕ ਅਸੀਂ ਇਹਦੀ ਵਰਤੋਂ ਕਰਦੇ ਹਾਂ। ਸੋ ਕਿੰਨੇ ਕੁ ਮੈਂਬਰ ਨੇ ਬਾਂਸਲ ਸਾਹਿਬ ਜਿਹੜੇ ਆ ਸਪੋਰਟ ਕਰਦੇ ਨੇ ਅਤੇ ਉਹਨਾਂ ਦਾ ਪਰਿਵਾਰ ਵੀ ਨਾਲ ਸਪੋਰਟ ਕਰਦਾ ਹੈ? ਦੇਖੋ ਜੀ, ਸਾਰਾ ਸਮਾਜ ਹੀ ਸਾਨੂੰ ਦੇ ਰਿਹਾ ਜੀ, ਅਸੀਂ ਇਹਨੂੰ ਇੱਕ ਛੋਟੀ ਜਿਹੀ ਸੰਖਿਆ ਦੇ ਵਿੱਚ ਲਿਮਿਟ ਨਹੀਂ ਕਰ ਸਕਦੇ। ਸਾਰਾ ਸਮਾਜ, ਖਾਸ ਤੌਰ 'ਤੇ ਅਸੀਂ ਪਹਿਲੇ ਤਾਂ ਆਪਣੇ JCI ਦੇ ਮੈਂਬਰਾਂ ਦਾ, ਹਾਂਜੀ, ਉਹਨਾਂ ਦਾ ਬੜਾ ਧੰਨਵਾਦ ਕਰਨਾ ਚਾਹਾਂਗੇ। ਨੀਅਰਬਾਊਟ ਕੋਈ ਸਾਡੇ ਬਟਾਲਾ ਚੈਪਟਰ ਦੇ 35 ਮੈਂਬਰਸ ਹੈ ਜੀ, ਹਰ ਮਹੀਨੇ ਉਹ ਆਪਣਾ ਪਰਸਨਲੀ ਕੰਟਰੀਬਿਊਟ ਇਸ ਜਿਹੜਾ ਨੇਕ ਕੰਮ ਹੈ ਉਹਦੇ ਵਿੱਚ ਕਰਦੇ ਪਏ ਨੇ। ਉਹ ਕਹਿੰਦੇ ਆ ਨਾ, ਜਿੰਨੀ ਦੇਰ ਤੱਕ ਅਸੀਂ ਘਰੋਂ ਨਾ ਚੱਲੀਏ, ਜਿੰਨੀ ਦੇਰ ਸਾਡਾ ਘਰੋਂ ਸਾਡਾ ਨੀਹਾਂ ਨਾ ਮਜ਼ਬੂਤ ਹੋਣਗੀਆਂ, ਉਨੀ ਦੇਰ ਤੱਕ ਸਮਾਜ ਸਾਡੇ ਨਾਲ ਨਹੀਂ ਤੁਰਦਾ ਜੀ। ਅਤੇ ਬਸ ਪਰਮਾਤਮਾ ਦੀ ਕਿਰਪਾ ਹੈ, ਮਾਤਾ ਅੰਨਪੂਰਨਾ ਨੇ ਆਪਣਾ ਸਾਡਾ ਆਸ਼ੀਰਵਾਦ ਦਿੱਤਾ ਹੋਇਆ, ਉਹਨਾਂ ਦੇ ਆਸ਼ੀਰਵਾਦ ਦੇ ਨਾਲ ਈਵਨ ਸਾਡੇ ਕੋਲ ਬਟਾਲਾ ਛੱਡ ਕੇ ਆਲ ਇੰਡੀਆ 'ਚੋਂ ਡੋਨੇਸ਼ਨ ਆ ਰਹੀ ਹੈ ਜੀ। ਇੰਡੀਆ ਵੀ ਛੱਡ ਕੇ ਅਬਰੋਡ ਤੋਂ ਬੜੇ ਇੱਦਾਂ ਦੇ ਦਾਨੀ ਸੱਜਣ ਹੈ ਜਿਹੜੀ ਸਾਡੀ ਪੰਜਾਬ ਦੀ ਧਰਤੀ ਬਟਾਲੇ ਦੀ ਧਰਤੀ ਦੇ ਨਾਲ ਜੁੜੇ ਦੇ ਹੈ, ਅਤੇ ਉਹਨਾਂ ਦਾ ਉਹ ਜੁੜਾਵ ਅਤੇ ਲਗਾਵ ਜਿਹੜਾ ਹੈ ਉਹ ਉਹਨਾਂ ਦੇ ਦਿਲ ਦੇ ਵਿੱਚ ਖਿੱਚ ਪਾਉਂਦਾ ਹੈ ਕਿ ਅਸੀਂ ਵੀ ਇਸ ਨੇਕ ਕੰਮ ਦੇ ਵਿੱਚ ਯੋਗਦਾਨ ਦੇਈਏ। ਜਿਸ ਤਰ੍ਹਾਂ ਸੱਚ ਐਜ ਆਸਟ੍ਰੇਲੀਆ, ਕੈਨੇਡਾ ਦੇ ਵਿੱਚ ਬੈਠੇ ਹੋਏ ਬੜੇ ਹੀ ਪੰਜਾਬੀ ਸੱਜਣ ਹੈ ਜਿਹੜੇ ਸਾਨੂੰ ਸਾਡੇ ਅਕਾਊਂਟਸ ਦੇ ਵਿੱਚ ਆਪਣਾ ਜੋ ਵੀ ਯੋਗਦਾਨ ਹੈ ਉਹ ਪਾਉਂਦੇ ਹੈ। ਸੋ ਬਾਂਸਲ ਦਾ ਅੱਜ ਨਵਰਾਤਰਾ ਹੈ, ਅੱਜ ਫਿਰ ਕੀ ਨਵੀਂ ਡਿਸ਼ ਤਿਆਰ ਕੀਤੀ ਗਈ ਹੈ ਸਾਰਿਆਂ ਨੂੰ? ਦੇਖੋ ਜੀ, ਨਵਰਾਤਰੇ ਦੇ ਅੱਜ ਅਸੀਂ ਪਹਿਲੇ ਨਵਰਾਤਰੇ ਦੇ ਦੋ ਚੀਜ਼ਾਂ ਹੈ, ਅੱਜ ਕੱਲ੍ਹ ਨਵਰਾਤਰਾ ਵੀ ਨਹੀਂ ਹੈ, ਸਾਡਾ ਹਿੰਦੂ ਵਰਸ਼ ਦਾ ਨਵਾਂ ਵਰਸ਼ ਵੀ ਹੈ, ਨਵਾਂ ਸੰਮਤ ਚੜ ਰਿਹਾ ਹੈ, ਉਸ ਉਪਲਕਸ਼ ਦੇ ਵਿੱਚ ਅਸੀਂ ਅੱਜ ਕੜਾਹ ਪ੍ਰਸ਼ਾਦ ਬਣਾਇਆ ਹੈ ਅਤੇ ਉਹ ਨਾਲ ਅਸੀਂ ਉਹ ਭੋਜਨ ਦੇ ਨਾਲ ਅਸੀਂ ਲੋਕਾਂ ਨੂੰ ਵਿਤਰਿਤ ਕਰ ਰਹੇ ਹਾਂ। ਸੋ ਨਵਰਾਤਿਆਂ ਦੇ ਉੱਤੇ ਫਿਰ ਕੀ ਮੈਸੇਜ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ? ਬਸ ਇਸ ਤਰ੍ਹਾਂ ਹੀ ਮਹਾਮਾਈ ਦੀ ਅਪਾਰ ਕਿਰਪਾ ਸਾਡੇ ਉੱਪਰ ਅਤੇ ਸੰਗਤਾਂ ਦੇ ਉੱਪਰ ਬਣੀ ਰਵੇ, ਅਤੇ ਮਾਂ ਅੰਨਪੂਰਨਾ ਖੁਦ ਆ ਕੇ ਆਪਣੇ ਭੋਜਨ ਦੇ ਵਿੱਚ ਨਿਵਾਸ ਸਥਾਨ ਕਰੇ ਅਤੇ ਸਾਡੇ ਭੰਡਾਰੇ ਹਮੇਸ਼ਾ ਹੀ ਭਰਪੂਰ ਕਰੇ, ਅਤੇ ਜਿਹੜਾ ਸਾਡਾ 365 ਦਿਨ ਜਿੰਨੀ ਦੇਰ ਤੱਕ ਇਹ ਸ੍ਰਿਸ਼ਟੀ ਹੈ ਉਦੋਂ ਤੱਕ ਇਹ ਸਾਡਾ ਭੋਜਨ ਚੱਲਦਾ ਰਵੇ, ਅਤੇ ਅਸੀਂ ਬਸ ਇਹੀ ਆਸ਼ੀਰਵਾਦ ਆਪਣੀ ਮਹਾਮਾਈ ਕੋ ਮੰਗਦੇ। ਸੋ ਹੋਰ ਵੀ ਮੈਂਬਰ ਮੌਜੂਦ ਨੇ, ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਵੀ, ਕੀ ਕਹਿਣਾ ਹੈ? ਸੋ ਨਮਸਕਾਰ ਭਾਅ ਜੀ, ਕੀ ਨਾਮ ਜੀ? ਸੌਰਵ। ਸੌਰਵ ਜੀ, ਕਿੱਦਾਂ ਦੇਖਦੇ ਹੋ ਕਿ ਬੜਾ ਵਧੀਆ ਉਪਰਾਲਾ ਜਿਹੜਾ ਤੁਹਾਡੇ ਮੈਂਬਰਾਂ ਵੱਲੋਂ ਜਿਹੜਾ ਕੀਤਾ ਗਿਆ ਹੈ, ਅਤੇ ਕੀ ਕਹਿਣਾ ਚਾਹੁੰਦੇ ਹੋ? 10 ਰੁਪਏ ਦੇ ਵਿੱਚ ਪੇਟ ਭਰ ਜਿਹੜਾ ਖਾਣਾ ਖਵਾਇਆ ਜਾਂਦਾ, ਕੀ ਕਹਿਣਾ ਚਾਹੁੰਦੇ ਹੋ? ਦੱਸੋ। ਦੇਖੋ ਜੀ, ਮੈਂਬਰਾਂ ਦੇ ਸਹਿਯੋਗ ਦੇ ਨਾਲ ਅਤੇ ਮੈਂਬਰਾਂ ਦਾ ਇੱਕ ਸਮਾਂ ਜਿਹੜਾ ਸਭ ਤੋਂ ਵੱਡਾ ਅੱਜ ਦੀ ਡੇਟ ਦੇ ਵਿੱਚ ਸਮਾਂ ਦੇਣਾ ਜੀ, ਜਿਹੜਾ ਸਾਡੇ ਮੈਂਬਰ ਸਮਾਂ ਦੇ ਰਹੇ ਹੈ ਇਸ ਰਸੋਈ ਦੇ ਵਿੱਚ ਜਿਹੜਾ ਸਹਿਯੋਗ ਕਰ ਰਹੇ ਹੈ। ਦੇਖੋ, ਇੱਕ 10 ਰੁਪਏ ਕਹਿਣਾ ਹੀ ਮੁੱਲ ਸਮਝਣਾ ਛੋਟਾ ਮੁੱਲ ਗਿਣਿਆ ਜਾਂਦਾ ਜੀ, ਜੀ। ਪਰ ਜਦੋਂ ਦਾਨੀ ਲੋਕਾਂ ਦਾ ਜਾਂ ਸਹਿਯੋਗ ਅਤੇ ਮੈਂਬਰਾਂ ਦਾ ਸਹਿਯੋਗ ਅਤੇ ਮੈਂਬਰਾਂ ਦਾ ਸਮਾਂ, ਉਹ ਸਭ ਤੋਂ ਵੱਡੀ ਉਪਲਬਧੀ ਹੁੰਦੀ ਹੈ ਜੀ। ਉਹ ਪਰਿਵਾਰ ਦੀ ਉਪਲਬਧੀ ਵੀ ਹੈ ਔਰ JCI ਰਸੋਈ ਦੀ ਵੀ ਉਪਲਬਧੀ ਹੈ ਕਿ ਆਪਣਾ ਸਮਾਂ ਹਰ ਮੈਂਬਰ ਦੇ ਕੇ ਇਸ ਰਸੋਈ ਨੂੰ ਅੱਗੇ ਵਧਣ ਦਾ ਉਪਰਾਲਾ ਕਰ ਰਹੀ ਹੈ ਜੀ। ਅਤੇ 10 ਰੁਪਏ ਦਾ ਜਿਹੜਾ ਤੁਸੀਂ ਸਵਾਲ ਪਾਇਆ, 10 ਰੁਪਏ ਦੇਖੋ ਇੱਕ ਛੋਟੀ ਜਿਹੀ ਅਮਾਊਂਟ ਹੈ, ਹਰ ਇਨਸਾਨ 10 ਰੁਪਏ ਦੇ ਕੇ ਆਪਣੇ ਆਪ ਨੂੰ ਇੰਨਾ ਕੁ ਮਾਣ ਰਿਤਾ ਲੈ ਸਕਦਾ ਹੈ ਕਿ ਉਸਦੇ ਮਨ ਨੂੰ ਇਹ ਨਹੀਂ ਲੱਗਦਾ ਕਿ ਮੈਂ ਫ੍ਰੀ ਖਾ ਰਿਹਾ ਜੀ, ਮੈਂ ਫ੍ਰੀ ਖਾ ਰਿਹਾ। ਉਹ ਆਪਣੇ ਮਨ ਨੂੰ ਔਰ ਆਪਣੇ ਭੋਜਨ ਨੂੰ ਖਾ ਕੇ ਆਪਣੇ ਆਪ ਨੂੰ ਤਸੱਲੀ ਕਰਦਾ ਕਿ ਮੈਂ ਇਹ ਉਹ ਫ੍ਰੀ ਦੀ ਖਾ ਰਿਹਾ ਜੀ, ਜੀ। ਹੋਰ ਵੀ ਮੈਂਬਰ ਮੌਜੂਦ ਨੇ, ਆਪਾਂ ਗੱਲਬਾਤ ਕਰਾਂਗੇ, ਕੀ ਕਹਿਣਾ ਉਹਨਾਂ ਦਾ?
ਸੋ ਨਮਸਕਾਰ ਸਰ ਜੀ। ਨਮਸਕਾਰ, ਕੀ ਨਾਮ ਜੀ? ਗੌਤਮ ਅਗਰਵਾਲ। ਗੌਤਮ ਜੀ, ਬਹੁਤ ਬਹੁਤ ਮੁਬਾਰਕਾਂ ਨਾਲੇ ਨਵਰਾਤਿਆਂ ਦੀਆਂ ਅਤੇ ਨਵੇਂ ਸਾਲ ਦੀਆਂ। ਅਤੇ ਜਿਹੜੀ ਤੁਸੀਂ JCI ਰਸੋਈ ਤਿਆਰ ਕੀਤੀ ਹੈ ਅਤੇ ਸੰਗਤਾਂ ਨੂੰ ਭੋਜਨ ਛਕਾ ਰਹੇ, ਉਹਨਾਂ ਵਾਸਤੇ ਵੀ ਮੁਬਾਰਕ। ਮੈਂ ਇਕੱਲੇ ਦੀ ਤਿਆਰ ਕੀਤੀ ਜੀ, ਇਹ ਸਾਡੀ JCI ਅਗਰ ਦੀ JCI ਬਟਾਲਾ ਰਸੋਈ ਜਿਹੜੀ ਸਾਰੀ ਟੀਮ ਹੈ ਜੀ ਜੀ, ਬਹੁਤ ਮਿਹਨਤੀ ਟੀਮ ਹੈ ਜੀ, ਉਹਨੇ ਸਾਰਾ ਰਲ ਕੇ ਸਾਰਿਆਂ ਨੇ ਜਿਹੜਾ ਸਹਿਯੋਗ ਦਿੱਤਾ ਜੀ। ਇਹ ਵੀ ਹੈ ਕਿ ਨਹੀਂ ਆਪਣੇ ਆਪਾਂ ਸ਼ੁਰੂ ਕੀਤਾ, ਇਹ ਕਾਫੀ ਦੇਰ ਦਾ ਆਪਾਂ ਸ਼ੁਰੂ ਕਰ ਦਿੱਤਾ ਹੈ ਜੀ, ਪਰ ਇਹ ਜਿਹੜਾ ਕਿ ਨਹੀਂ ਹੁਣ ਫੇਮਸ ਇੱਥੇ ਆ ਕੇ GT ਰੋਡ ਤੇ, ਜਿਹੜਾ ਕਿ ਸਾਈਡ ਤੇ ਆ ਕੇ ਇਹ ਜ਼ਿਆਦਾ ਫੇਮਸ ਜਿਹੜਾ ਵਾ ਕਿ ਨਹੀਂ ਹੁਣ ਹੋਇਆ ਜੀ ਜੀ। ਕਿਉਂ? ਕਿਉਂਕਿ ਇਹ ਇੱਕ ਮਤਲਬ ਜਿਹੜਾ ਪੋਸ਼ ਏਰੀਆ ਵਾ, GT ਰੋਡ ਦੇ ਬਿਲਕੁਲ ਨਾਲ ਲੱਗਦਾ, ਇੱਥੇ ਬਹੁਤ ਲੇਬਰ ਹੈ ਜਿਹੜੀ ਕਿ ਆਪਣੇ ਵਿਚਾਰੀ ਜਿਹੜੀ ਸਾਰਾ ਦਿਨ ਕੰਮ ਕਰਦੀ ਰਹਿੰਦੀ ਹੈ, ਤੇ ਉਹਨੂੰ ਜਿਹੜਾ ਵਾ ਉਹ ਜਿਹੜਾ ਬੰਦਾ ਲੇਬਰ ਦਾ ਕੰਮ ਕਰਦਾ ਉਹਨੂੰ ਵੈਸੇ ਰੋਟੀ ਤੇ ਚਾਹੀਦੀ ਹੈ, ਔਰ ਉਹਨੂੰ ਰੋਟੀ ਵੀ ਵਧੀਆ ਚਾਹੀਦੀ ਹੈ ਜੀ ਜੀ। ਇਹ ਨਹੀਂ ਕਿ ਆਪਣੇ ਇੱਕ ਭਟੂਰਾ ਖਾ ਲਿਆ, ਅੱਜ ਕੱਲ੍ਹ 15 ਰੁਪਏ ਦਾ ਇੱਕ ਭਟੂਰਾ ਹੀ ਹੈ ਜੀ ਜੀ ਜੀ, ਤੇ ਉਹ ਭਟੂਰਾ ਖਾ ਕੇ ਉਹਦਾ ਨਾ ਪੇਟ ਭਰਦਾ, ਔਰ ਹੁੰਦਾ ਵੀ ਉਹ ਹੈਵੀ ਜਿਹਾ ਹੀ ਹੈ, ਕੋਈ ਐਡਾ ਵਧੀਆ ਤਾਂ ਹੁੰਦਾ ਨਹੀਂ। ਹਾਂਜੀ ਹਾਂਜੀ, ਇੱਥੇ ਜਿਹੜਾ ਵਾ ਚਾਵਲ, ਚਾਵਲ ਨਾਲ ਚਾਵਲ, ਰੋਟੀ ਨਾਲ ਰੋਟੀ, ਪਲੱਸ ਨਾਲ ਇੱਕ ਸਬਜ਼ੀ, ਸੁੱਕੀ ਸਬਜ਼ੀ, ਗਿੱਲੀ ਸਬਜ਼ੀ, ਠੀਕ ਹੈ ਨਾ, ਔਰ ਪੂਰਾ ਐਨ ਵਧੀਆ ਖਾਣਾ ਜਿਹੜਾ ਕਿ ਨਹੀਂ ਇੱਥੇ ਤਿਆਰ ਕਰਕੇ ਉਹਨਾਂ ਨੂੰ ਮਿਲਦਾ, ਇਹ ਪੌਸ਼ਟਿਕ ਭੋਜਨ ਉਹਨਾਂ ਨੂੰ ਮਿਲਦਾ। ਅਤੇ 10 ਰੁਪਏ ਦੇ ਵਿੱਚ ਮੈਂ ਨਹੀਂ ਸਮਝਦਾ ਕਿ ਕਿਤੇ ਵੀ ਜਿਹੜਾ ਵਾ ਕਿ ਨਹੀਂ ਹਿੰਦੁਸਤਾਨ ਦੇ ਵਿੱਚ ਇੰਨਾ ਸਮਾਨ ਜਿਹੜਾ ਉਹ ਖਾਣ ਨੂੰ ਮਿਲਦਾ, ਉਹ ਵੀ ਡੇਲੀ ਰੂਟੀਨ। ਸੋ ਇੱਦਾਂ ਹੀ ਫਿਰ ਡਿਸ਼ ਤਿਆਰ ਹੁੰਦੀ ਰੋਜ਼ ਦੀ ਰੋਜ਼? ਡੇਲੀ ਦੀ ਡੇਲੀ ਫਰੈਸ਼ ਖਾਣਾ ਤਿਆਰ ਹੁੰਦਾ, ਸਬਜ਼ੀਆਂ ਹਰ ਚੀਜ਼ ਜਿਹੜੀ ਆ ਉਹ ਬਿਲਕੁਲ ਫਰੈਸ਼ ਹੁੰਦੀ ਹੈ, ਨਹੀਂ ਕਿ ਯਾਰ ਲੰਗਰ ਆ ਅਤੇ ਕੁਛ ਵੀ ਬਣਾ ਦਿਓ, ਕੁਛ ਵੀ ਖਵਾ ਦਿਓ ਜੀ। ਮਤਲਬ ਇੱਥੇ ਤੁਸੀਂ ਕੋਈ ਵੀ ਬੰਦਾ ਕਦੀ ਵੀ ਆ ਕੇ ਚੈੱਕ ਕਰ ਸਕਦਾ ਜੀ, ਮਤਲਬ ਕਿ ਕਿੱਦਾਂ ਦਾ ਖਾਣਾ ਵਾ, ਔਰ ਇੱਕਦਮ ਵਧੀਆ ਸਵਾਦਿਸ਼ਟ ਖਾਣਾ ਹੁੰਦਾ ਜਿਹੜਾ ਕਿ ਲੇਬਰ ਜਿਹੜਾ ਵਾ ਔਰ ਸਾਡੇ ਕੋਲ ਮੈਂ ਦੇਖ ਰਿਹਾ ਕਈ ਬੰਦੇ ਇਹੋ ਜਿਹੜੇ ਰੈਗੂਲਰ ਰੋਜ਼ ਹੀ ਆ ਰਹੇ ਆ ਜੀ ਜੀ, ਐ ਨਹੀਂ ਕਿ ਇੱਕ ਦਿਨ ਖਾ ਕੇ ਲੈ ਵੀ ਖਤਮ, ਔਰ ਡੇਲੀ ਆ ਰਹੇ ਕਿਉਂਕਿ ਉਹਨਾਂ ਦੀ ਮਜਬੂਰੀ ਹੈ, ਇੰਨੇ ਮਹਿੰਗਾਈ ਦੇ ਸਮੇਂ ਦੇ ਵਿੱਚ ਨਹੀਂ ਅਫੋਰਡ ਕਰ ਸਕਦਾ ਕੋਈ ਬੰਦਾ ਰੋਟੀ, ਉਹ ਇਹੀ ਹੋ ਸਕਦਾ ਕਿ ਉਹ ਭੁੱਖੇ ਪੇਟ ਸੋਏਗਾ ਜਾਂ ਫਿਰ ਘੱਟ ਖਾਣਾ ਖਾਏਗਾ, ਔਰ ਫਿਰ ਕਿਰਪਾ ਹੈ ਪਰਮਾਤਮਾ ਦੀ, ਲੋਕ ਸੀਸਾ ਲੈ ਰਹੇ ਲੋਕਾਂ ਦੀ, ਮਾਤਾ ਰਾਣੀ ਦੀ ਕਿਰਪਾ ਵਾ ਸਾਰੀ, ਸਾਡਾ ਇਹ 'ਚ ਕੋਈ ਸਹਿਯੋਗ ਨਹੀਂ, ਇਹ ਉੱਪਰ ਵਾਲਾ ਸਾਡੇ ਕੋਲ ਸਾਰੇ ਕੰਮ ਕਰਾਉਂਦਾ, ਉੱਪਰ ਵਾਲੀ ਦੀ ਕਿਰਪਾ ਨਾਲ ਹੀ ਸੀਸਾ ਮਿਲਦੇ ਜੀ, ਬਸ ਉਹਨਾਂ ਦੀ ਕਿਰਪਾ ਵਾ ਤੇ ਇਹ ਚੱਲਦਾ ਰਹੇਗਾ, ਸਮਝੋ ਇਹ ਸਭ ਜਦੋਂ ਤੱਕ 365 ਦਿਨ ਆਪਾਂ ਜਿਹੜਾ ਕਿ ਨਹੀਂ ਇਹ ਚਲਾਉਂਦੇ ਹਾਂ। ਇਸ ਤੋਂ ਪਹਿਲਾਂ ਵੀ ਹੋਰ ਵੀ ਉਪਰਾਲੇ ਕੀਤੇ ਜਾਂਦੇ ਤੁਹਾਡੀ ਸੰਸਥਾ ਵੱਲੋਂ? ਸਾਡੀ ਸੰਸਥਾ ਵੱਲੋਂ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਜਿਹੜੇ ਨੇਕ ਕੰਮ ਕੀਤੇ ਗਏ ਆ, ਜਿੱਦਾਂ ਆਪਾਂ ਡੋਨੇਸ਼ਨਾਂ ਕਰਨੀਆਂ ਜਾਂ ਜਿਸ ਤਰ੍ਹਾਂ ਕੋਈ ਦਵਾਈਆਂ ਵਿਤਰਿਤ ਕਰਨੀਆਂ, ਮਤਲਬ ਜਿਹੜਾ ਵਾ ਕੁਸ਼ਟ ਆਸ਼ਰਮ ਜਾ ਕੇ ਦਵਾਈਆਂ ਵਿਤਰਿਤ ਕੀਤੀਆਂ, ਹੋਰ ਵੀ ਕਈ ਤਰ੍ਹਾਂ ਦੇ ਸਾਡੇ JCI ਜਿਹੜਾ ਅਗਰਨੀ ਹੈ ਉਹ, ਹਾਂ ਮਤਲਬ ਲੋੜਵੰਦ ਬੱਚਿਆਂ ਨੂੰ ਬੁੱਕਸ ਡੋਨੇਟ ਕਰਨੀਆਂ, ਕਿਸੇ ਨੂੰ ਮਤਲਬ ਜਿਹੜਾ ਜੋ ਚੀਜ਼ ਕਿਸੇ ਨੂੰ ਚਾਹੀਦੀ ਹੈ ਉਹ ਚੀਜ਼ ਉਹਨੂੰ ਪ੍ਰੋਵਾਈਡ ਕਰਨੀ, ਗਰੀਬ ਬੰਦੇ ਨੂੰ ਜਿਹੜਾ ਵਿਚਾਰਾ ਬਿਲਕੁਲ ਗਰੀਬੀ ਰੇਖਾ ਤੋਂ ਥੱਲੇ ਆ, ਠੀਕ ਹੈ ਨਾ, ਕੋਈ ਵੀਲ ਚੇਅਰ ਪ੍ਰੋਵਾਈਡ ਕਰਨੀ, ਮਤਲਬ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਵਾ ਕਿ ਨਹੀਂ ਉਹ ਨੇਕ ਕੰਮ ਜਿਹੜਾ ਸਾਡੀ ਸੰਸਥਾ ਜਿਹੜੀ ਹੈ ਕਿ ਨਹੀਂ ਕਰਦੀ। ਸੋ ਫਿਰ ਪਰਿਵਾਰ ਵੀ ਪੂਰਾ ਮੁੰਡੇ ਦੇ ਨਾਲ ਮੁੰਡਾ ਲਾ ਕੇ ਲੱਗਿਆ ਹੋਇਆ ਤੁਹਾਡੇ ਨਾਲ? ਮੁੰਡਾ ਸਾਨੂੰ ਸਾਰਿਆਂ ਦੀ ਪੂਰੀ ਸਪੋਰਟ ਹੈ, ਮੰਨੋਗੇ ਕਿ ਸਾਨੂੰ ਬਾਹਰਲੇ ਦੇਸ਼ਾਂ ਤੋਂ, ਪੰਜਾਬ ਤੋਂ ਬਾਹਰ, ਪੰਜਾਬ ਦੇ ਵਿੱਚ ਸਾਡੇ ਮੈਂਬਰਾਂ ਦੇ ਰੈਗੂਲਰ ਡੋਨੇਸ਼ਨ ਆਈ ਜਾ ਰਹੇ, ਸਾਡਾ ਅਕਾਊਂਟ ਨੰਬਰ ਹੈ ਅਤੇ ਆਪਾਂ ਆਪਣੇ ਗਰੁੱਪ ਦੇ ਵਿੱਚ ਅਕਾਊਂਟ ਨੰਬਰ ਪਾਇਆ ਹੋਇਆ ਵਾ, ਠੀਕ ਹੈ, ਅਤੇ ਉਹ ਡੇਲੀ ਜਿਹੜਾ ਵਾ ਕਿ ਨਹੀਂ ਸਾਨੂੰ ਪਤਾ ਵੀ ਲੱਗਦਾ ਕਈ ਵੇਲੇ ਕਦੀ 10,000, 15,000, 20,000, ਕਿਸੇ ਦੀ ਐਨਵਰਸਰੀ ਹੈ, ਕਿਸੇ ਦਾ ਬਰਥਡੇ ਹੈ, ਠੀਕ ਹੈ, ਆਪਾਂ ਹੋਟਲਾਂ 'ਚ ਜਾਂਦੇ ਹਾਂ, ਸੋ ਇੱਦਾਂ ਸੈਲੀਬ੍ਰੇਟ ਕਰਦੇ ਹਾਂ, ਰੈਸਟੋਰੈਂਟ 'ਚ ਜਾਂਦੇ ਹਾਂ ਅਤੇ ਆਪਾਂ ਮਿੰਟ 'ਚ 10,000 ਦਾ 5,000 ਦਾ ਬਿੱਲ ਬਣ ਜਾਂਦਾ, ਠੀਕ ਹੈ ਨਾ, ਆਪਾਂ ਖਾਣੇ ਪੀਣੇ ਹੀ ਨਾ ਸਾਰੇ। ਅਤੇ ਜੇ ਕਿਸੇ ਦੇ ਬੱਚੇ ਦੀ ਬੱਚੇ ਦਾ ਬਰਥਡੇ ਹੈ, ਠੀਕ ਹੈ, ਕਿਸੇ ਦੀ ਮੈਰਿਜ ਐਨਵਰਸਰੀ ਹੈ, ਠੀਕ, ਕਿਸੇ ਘਰ ਵੱਡੇ ਬਜ਼ੁਰਗ ਦਾ ਬਰਥਡੇ ਹੈ, ਕੁਛ ਹੈ, ਅਤੇ ਜੇ ਆਪਾਂ ਇੱਥੇ ਆ ਕੇ ਅਤੇ ਕੋਈ ਰੁਪਈਆ 2,000, 5,000 ਦੇ ਕੇ
ਇੱਕ ਤੇ ਆਪਣੇ ਮਨ ਦੀ ਸੰਤੁਸ਼ਟੀ ਹੈ, ਇੱਕ ਉਹ ਆਪਣੇ ਹੱਥ ਨਾਲ ਵਿਤਰਿਤ ਕਰ ਸਕਦਾ ਇੱਥੇ ਭੋਜਨ, ਠੀਕ ਹੈ ਨਾ, ਉਹਨੂੰ ਬੜੀ ਸੰਤੁਸ਼ਟੀ ਹੋਏਗੀ, ਠੀਕ ਹੈ ਨਾ। ਆਪਾਂ ਇਹ ਚਾਹਾਂਗੇ ਜੋ ਜਿਹੜੇ ਸਾਡਾ ਇਹ ਦੇਖਦੇ ਪਏ ਐਮਾਜ਼ਾਨ, ਕਿਸੇ ਨੂੰ ਜਿਹੜਾ ਵਾ ਕਿ ਨਹੀਂ ਕਿਸੇ ਨੇ ਡੋਨੇਸ਼ਨ ਕਰਨਾ ਹੋਏ ਜਾਂ ਕੋਈ ਕਿਸੇ ਦਾ ਦਿਲ ਕਰਦਾ ਹੋਏ ਕਿ ਆ ਕੇ ਇੱਥੇ ਆਪਾਂ ਉਹ ਭੋਜਨ ਵਿਤਰਿਤ ਕਰਨਾ ਆਪਣੇ ਹੱਥ ਨਾਲ, ਉਹ ਆ ਕੇ ਆਪਣੇ ਕਰ ਸਕਦਾ। ਕੋਈ ਜ਼ਰੂਰੀ ਨਹੀਂ ਉਹ ਡੋਨੇਸ਼ਨ ਦੇ ਕੇ ਕਰ ਸਕਦਾ, ਹਾਂ ਉੱਦਾਂ ਵੀ ਆ ਕੇ ਉਹਦਾ ਦਿਲ ਕਰੇ ਅਤੇ ਉਹ ਗਰੀਬਾਂ ਨੂੰ ਰੋਟੀ ਖਵਾ ਸਕਦਾ। ਬਸ ਪੰਜਾਬਾਂ ਦਾ ਭੋਜਨ ਹੈ, ਹਾਂਜੀ 75 ਜਣਿਆਂ ਦਾ ਭੋਜਨ ਹੈ, ਫੁੱਲ ਡੇ ਦੀ ਰਸੋਈ ਸਪੋਂਸਰ ਕੋਈ ਵੀ ਕਰ ਸਕਦਾ, ਸੇਵਾ ਕਰ ਸਕਦਾ, ਜਿੰਨੀ ਸਮਰੱਥਾ ਹੈ ਫਾਈਨੈਂਸ਼ੀਅਲ ਜਦੋਂ ਉਹਨੂੰ ਹੈ ਉਸ ਹਿਸਾਬ ਦੇ ਨਾਲ ਉਹ ਕਿਸੇ ਵੀ ਤਰੀਕੇ ਨਾਲ ਕਰ ਸਕਦਾ, ਚਾਹੇ ਉਹ ਪਰਸਨਲ ਆ ਕੇ ਕਰ ਦੇ, ਚਾਹੇ ਸਾਨੂੰ ਰਾਸ਼ਨ ਦੇ ਰੂਪ 'ਚ ਕਰ ਦੇਵੇ, ਚਾਹੇ ਉਹ ਸਾਡੇ ਬੈਂਕ ਦੇ ਅਕਾਊਂਟਸ ਦੇ ਵਿੱਚ ਕਰ ਦੇ। ਅਸੀਂ ਤੁਹਾਨੂੰ ਵੀ ਬੇਨਤੀ ਕਰਾਂਗੇ ਜਦੋਂ ਤੁਸੀਂ ਇਹ ਨਿਊਜ਼ ਫਲੈਸ਼ ਕਰੋ ਉਹਦੇ ਥੱਲੇ ਸਾਡੇ ਬੈਂਕ ਅਕਾਊਂਟਸ ਡਿਟੇਲਸ ਨਾਲ ਫਲੈਸ਼ ਕਰੋ, ਤਾਂ ਕਿ ਦੁਨੀਆ ਦੇ ਜਿਸ ਕੋਨੇ 'ਚ ਵੀ ਇਹ ਸਾਡੀ ਵੀਡੀਓ ਪਹੁੰਚੇ ਲੋਕਾਂ ਨੂੰ ਸਾਡੇ ਅਕਾਊਂਟਸ ਪਤਾ ਚੱਲੇ, ਸਾਡੀ ਵਰਕਿੰਗ ਦਾ ਪਤਾ ਚੱਲੇ, ਕਿਸ ਤਰ੍ਹਾਂ ਅਸੀਂ ਕਰਦੇ ਪਏ, ਕਿਸ ਤਰ੍ਹਾਂ ਅਸੀਂ ਮੋਢੇ ਨਾਲ ਮੋਢਾ ਲਗਾ ਕੇ ਚੱਲਦੇ ਪਏ। ਜੀ ਜੀ, ਇੱਕ ਹੋਰ ਮੈਂ ਤੁਹਾਨੂੰ ਐਡ ਕਰਨਾ ਚਾਹਾਂਗਾ, ਜੇ ਸੀ ਆਈ ਤਾਂ ਤੁਹਾਨੂੰ ਮੈਂ ਦੱਸਦਾ ਹੈ ਇੱਕ ਇੰਟਰਨੈਸ਼ਨਲ ਸੰਸਥਾ ਹੈ, ਜੀ ਜੀ ਜੀ, ਇਹ ਮੋਰ ਦੈਨ 100 ਕੰਟਰੀਜ਼ ਵਰਲਡ ਦੇ ਵਿੱਚ 100 ਕੰਟਰੀਜ਼ ਦੇ ਵਿੱਚ ਵਰਕ ਕਰ ਰਹੀ ਹੈ, ਜੀ ਜੀ, ਇਹਦਾ ਇਤਿਹਾਸ 108 ਸਾਲਾਂ ਦਾ ਹੈ ਜੀ, ਅੱਜ 2024 ਦੇ ਵਿੱਚ 108 ਸਾਲ ਜੇ ਸੀ ਆਈ ਨੂੰ ਆਪਰੇਸ਼ਨ 'ਚ ਹੋ ਗਏ ਨੇ, ਇਹ 2024 ਜੇ ਸੀ ਆਈ ਦਾ ਇੰਡੀਆ ਦੇ ਵਿੱਚ 75ਵਾਂ ਸਾਲ ਹੈ ਜੀ, 75ਵਾਂ ਸਾਲ ਇਹਨੂੰ ਚੱਲ ਪਿਆ ਹੈ ਜੀ। ਜੇ ਸੀ ਆਈ ਮੀਨਸ ਜੂਨੀਅਰ ਚੈਂਬਰ ਇੰਟਰਨੈਸ਼ਨਲ ਜੀ, ਮੇਨ ਸਾਡਾ ਜਿਹੜਾ ਜੇ ਸੀ ਆਈ ਦਾ ਮੇਨ ਮੋਟਿਵ ਹੈ ਟੂ ਡਿਵੈਲਪ ਲੀਡਰਸ, ਲੀਡਰਸ ਡਿਵੈਲਪ ਕਰਨੇ ਜੇ ਸੀ ਆਈ ਨੇ ਜੀ ਜੀ। ਇੰਡੀਆ 'ਚ ਅੱਜ ਦੀ ਤਰੀਕ 'ਚ ਕੋਈ ਵੀ ਇਸ ਤਰ੍ਹਾਂ ਦੀ ਸੰਸਥਾ ਨਹੀਂ ਹੈਗੀ ਜੋ ਲੀਡਰਸ ਡਿਵੈਲਪ ਕਰਕੇ ਤੁਹਾਨੂੰ ਦਿੰਦੀ ਹੈ ਜੀ, ਤੁਹਾਨੂੰ ਕੋਈ ਇਸ ਤਰ੍ਹਾਂ ਦਾ ਕੋਈ ਇੰਸਟੀਚਿਊਟ ਨਹੀਂ ਹੈਗਾ ਜਿੱਥੇ ਤੁਹਾਨੂੰ ਲੀਡਰਸ ਨੂੰ ਡਿਵੈਲਪ ਕਰਨੀ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹਾਂਜੀ ਹਾਂਜੀ। ਦੂਸਰਾ ਇੱਥੇ ਬੱਚਿਆਂ ਨੂੰ ਉਹਨਾਂ ਦੀ ਪਰਸਨੈਲਿਟੀ ਡਿਵੈਲਪਮੈਂਟ, ਗਰੂਮਿੰਗ ਦੇ ਉੱਪਰ ਕਿਸ ਤਰ੍ਹਾਂ ਤੁਸੀਂ ਸਪੀਚ ਕਰਨੀ ਹੈ, ਕਿਸ ਤਰ੍ਹਾਂ ਤੁਸੀਂ ਆਪਣੇ ਵਿੱਚ ਕੌਨਫੀਡੈਂਸ ਇਨ ਬਿਲਟ ਕਰਨਾ ਹੈ ਤਾਂ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਮੰਚ ਕਿਸੇ ਵੀ ਕੰਪਨੀ 'ਚ ਤੁਸੀਂ ਬੱਚਾ ਇੰਟਰਵਿਊ ਦੇਣ ਜਾਂਦਾ ਜੀ, ਤਾਂ ਕਿ ਉਹ ਆਪਣਾ ਲੈਵਲ ਬਟਾਲੇ ਦਾ ਬੱਚਾ ਨਾ ਸਮਝੇ, ਉਹ ਸਮਝੇ ਕਿ ਮੈਂ ਵੀ ਚੰਡੀਗੜ੍ਹ ਬੰਬੇ ਦਾ ਬੱਚਾ ਹੈ ਅਤੇ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਖੜਾ ਹੋ ਕੇ ਉਹਦਾ ਕੌਨਫੀਡੈਂਸ ਲੈਵਲ ਆਪਣੇ ਆਪ ਅੰਦਰੋਂ ਬੋਲਦਾ ਹੈ, ਜਾਗਦਾ ਹੈ ਜੀ। ਮੇਨ ਸਾਡਾ ਇਹੀ ਮੋਟਿਵ ਹੈ, ਅਸੀਂ ਬਟਾਲੇ ਦੇ ਵਿੱਚ ਬੜੇ ਸਕੂਲਸ ਹੈ ਜਿੱਥੇ ਅਸੀਂ ਸੈਮੀਨਾਰ ਕੰਡਕਟ ਕਰਦੇ ਹਾਂ ਜੀ, ਬੱਚਿਆਂ ਨੂੰ ਟ੍ਰੇਨਿੰਗਸ ਦਿੰਦੇ ਹਾਂ, ਈਵਨ ਸਕੂਲ ਦੇ ਟੀਚਰਸ ਨੂੰ ਅਸੀਂ ਟ੍ਰੇਨਿੰਗਸ ਪ੍ਰੋਵਾਈਡ ਕਰਵਾਉਂਦੇ ਪਏ ਹਾਂ, ਇਸ ਤਰ੍ਹਾਂ ਦੇ 5-7 ਸੈਮੀਨਾਰ ਅਸੀਂ ਸਕੂਲ ਦੇ ਟੀਚਰਸ ਨੂੰ ਵੀ ਬਟਾਲੇ ਦੇ ਬੜੇ ਰਿਨੋਰਡ ਸਕੂਲਸ ਹੈ ਜਿਨ੍ਹਾਂ ਨੂੰ ਕਰਵਾ ਚੁੱਕੇ ਹੈ ਜੀ ਜੀ। ਸਾਡੇ ਟ੍ਰੇਨਰਸ ਦੀ ਬੜੀ ਅੱਛੀ ਚੈਨ ਹੈ ਜੀ, ਡਿਸਟ੍ਰਿਕਟ ਲੈਵਲ ਦੇ ਜ਼ੋਨ ਡਿਸਟ੍ਰਿਕਟ ਲੈਵਲ ਦੇ ਟ੍ਰੇਨਰਸ ਹੈ, ਫਿਰ ਸਟੇਟ ਲੈਵਲ ਦੇ ਟ੍ਰੇਨਰ ਹੈ, ਨੈਸ਼ਨਲ ਲੈਵਲ ਦੇ ਵੀ ਟ੍ਰੇਨਰ ਹੈ ਸਾਡੇ ਕੋਲ, ਜਿਸ ਤਰ੍ਹਾਂ ਦੀ ਸਾਡੇ ਕੋਲ ਆਡੀਅੰਸ ਹੈ ਉਸ ਤਰ੍ਹਾਂ ਦੇ ਫਿਰ ਸਾਡੇ ਟ੍ਰੇਨਰਸ ਅਸੀਂ ਉਹਨਾਂ ਨੂੰ ਇਨਵਾਈਟ ਕਰਦੇ ਹਾਂ ਅਤੇ ਉਹ ਆਪਣਾ ਸੈਮੀਨਾਰ ਕੰਡਕਟ ਕਰਕੇ ਜਾਂਦੇ ਹੈ। ਅਗਰ ਟ੍ਰੇਨਰ ਦੀ ਗੱਲ ਆਈ ਹੈ ਤਾਂ ਮੈਂ ਉਹ ਕਹਿੰਦਾ ਕਿ ਸਾਡਾ ਇੱਕ ਨੈਸ਼ਨਲ ਲੈਵਲ ਦਾ ਟ੍ਰੇਨਰ ਹੈ ਜੀ, ਅਗਰ ਤੁਸੀਂ ਉਹਨੂੰ ਪਰਸਨਲੀ ਜੇ ਸੀ ਆਈ ਦਾ ਉਹਦਾ ਲੋਗੋ ਨਾ ਲਗਵਾ ਕੇ ਪਰਸਨਲੀ ਤੁਸੀਂ ਅਪਰੋਚ ਕਰਾਉਣਾ ਹੈ, ਉਹਨਾਂ ਕੋਈ ਸੈਮੀਨਾਰ ਕਰਵਾਉਣਾ ਹੈ, ਉਹਨਾਂ ਦਾ 1 ਘੰਟੇ ਦਾ ਸਪੀਚ ਦਾ 75,000 ਰੁਪਇਆ ਸਿਰਫ ਸਪੀਚ ਦਾ ਖੜਾ ਹੁੰਦਾ, 75,000 ਰੁਪਇਆ ਚਾਰਜ ਕਰਦੇ ਨੇ ਜੀ, ਅਤੇ ਜਿਹੜਾ ਉਹ ਸਾਡੇ ਜੇ ਸੀ ਆਈ ਦੇ ਨਾਮ ਦੇ ਨਾਲ ਜੇ ਸੀ ਆਈ ਦੇ ਨਾਲ ਜੁੜੇ ਹੋਏ ਨੇ, ਸਾਨੂੰ ਆਪਣੀਆਂ ਸੇਵਾਵਾਂ ਫਰੀ ਆਫ ਕੋਸਟ ਪ੍ਰੋਵਾਈਡ ਕਰਵਾਉਂਦੇ ਨੇ ਜੀ ਜੀ ਜੀ। ਸਮਾਜ ਨੂੰ ਤੁਸੀਂ ਦੇਖੋ ਕਿੰਨੀ ਵੱਡੀ ਦੇਣ ਹੈ, ਫਿਰ ਉਹਨਾਂ ਦੇ ਆਉਣ ਜਾਣ ਦਾ ਖਰਚਾ ਸਭ ਖੁਦ ਬੇਅਰ ਕਰਦੇ ਨੇ, ਸਾਡੇ ਕੋਲ ਕੁਛ ਵੀ ਨਹੀਂ ਲੈਂਦੇ, ਸਿਰਫ ਜੇ ਸੀ ਆਈ ਦੇ ਕਾਰਨ ਹੀ, ਕਿਉਂਕਿ ਉਹ ਵੀ ਇੱਕ ਜੇ ਸੀ ਆਈ ਦੇ ਪਰਿਵਾਰ ਹੈ ਜੁੜੇ ਦੇ ਨੇ, ਅਤੇ ਇੱਕ ਉਹ ਇੱਕ ਸਮਾਜ ਨੂੰ ਇੱਕ ਬੜਾ ਵਿਸ਼ਾਲ ਰੂਪ ਦੇ ਵਿੱਚ ਆਪਣਾ ਯੋਗਦਾਨ ਦਿੰਦੇ ਨੇ।
ਓਕੇ ਸੋ ਗੱਲਬਾਤ ਵੀ ਕਰਾਂਗੇ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਜਿਹੜਾ ਖਾਂਦੇ ਨੇ ਗੱਲਬਾਤ ਕਰਦੇ ਕੀ ਕਹਿਣਾ ਸੋ ਨਮਸਕਾਰ ਭਾਅ ਜੀ ਕੀ ਨਾਮ ਜੀ ਰਕੇਸ਼ ਕੁਮਾਰ ਜੀ ਕਿੱਦਾਂ ਦੇਖਦੇ ਹੋ ਕਿ 10 ਰੁਪਏ ਦੇ ਵਿੱਚ ਪੇਟ ਭਰ ਜਿਹੜਾ ਖਾਣਾ ਇਹ ਗਰਮਾ ਗਰਮ ਪਰੋਸਿਆ ਜਾਂਦਾ ਕਿੱਦਾਂ ਦੇਖਦੇ ਜੀ ਸੋ ਫਿਰ ਖਾਣਾ ਵੀ ਵਧੀਆ ਮਿਲਦਾ ਬੈਠ ਕੇ ਵੀ ਆਰਾਮ ਨਾਲ ਪੱਕਿਆਂ ਦੇ ਥੱਲੇ ਖਾਂਦੇ ਕੀ ਕਹਿਣਾ ਚਾਹੁੰਦੇ ਆਣਾ ਬਾਰੇ ਵਧੀਆ ਫੜ ਲੈਣਾ ਤਾਂ ਚਿਹਰਾ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ ਬੜੇ ਪਿਆਰ ਦੇ ਨਾਲ ਜਿਹੜਾ ਇਹ ਭੋਜਨ ਜਿਹੜਾ ਹੈ ਉਹ ਪਰੋਸ ਰਹੇ ਨੇ ਮੈਂਬਰ ਜਿਹੜੇ ਨੇ ਸੋ ਅੱਜ ਨਵਰਾਤਾ ਹੈ ਅਤੇ ਪਹਿਲੇ ਨਵਰਾਤੇ 'ਤੇ ਜਿਹੜਾ ਹੈ ਉਹਨਾਂ ਨੇ ਕੜਾਹ ਪ੍ਰਸ਼ਾਦ ਵੀ ਜਿਹੜਾ ਲਗਾਇਆ ਹੈ ਮਾਤਾ ਰਾਣੀ ਕਿਰਪਾ ਕਰੇ ਇਹਨਾਂ ਦੇ ਉੱਤੇ ਕਿ ਜੇ ਸੀ ਆਈ ਪਰਿਵਾਰ ਅਤੇ ਜੇ ਸੀ ਆਈ ਰਸੋਈ ਵੱਲੋਂ ਜਿਹੜਾ ਇਹ ਥਾਲੀ 10 ਰੁਪਏ ਥਾਲੀ ਜਿਹੜੀ ਹੈ ਉਹ ਪੇਟ ਭਰ ਖਾਣਾ ਜਿਹੜਾ ਹੈ ਖਵਾਇਆ ਜਾਂਦਾ ਹੈ ਅਤੇ ਲੋਕ ਜਿਹੜੇ ਨੇ ਲੋਕ ਵੀ ਵਾਹ ਵਾਹ ਕਰਦੇ ਨੇ ਕਿ ਬੜਾ ਵਧੀਆ ਉਪਰਾਲਾ ਹੈ ਇਹਨਾਂ ਦਾ ਕਿਉਂਕਿ 10 ਰੁਪਏ ਦੇ ਵਿੱਚ ਗਰਮਾ ਗਰਮ ਜਿਹੜਾ ਫੁਲਕਾ ਅਤੇ ਦਾਲ ਅਤੇ ਨਾਲ ਦੀ ਨਾਲ ਜਿਹੜਾ ਬੈਠ ਕੇ ਛਕਾਣਾ ਭੋਜਨ ਆ ਬੜਾ ਵੱਡਾ ਉਪਰਾਲਾ ਹੈ ਸੋ ਆਪਾਂ ਗੱਲਬਾਤ ਵੀ ਕਰਦੇ ਹਾਂ ਹੋਰ ਵੀ ਜਿਹੜੇ ਇੱਥੇ ਮੈਂਬਰ ਖਾਣਾ ਖਾਣ ਆਏ ਨੇ ਉਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਉਹਨਾਂ ਦਾ ਚਲੋ ਸੋ ਗੱਲਬਾਤ ਕਰਦੇ ਹਾਂ ਜੀ ਕਿੱਦਾਂ ਦਾ ਉਪਰਾਲਾ ਲੱਗਦਾ ਹੈ ਕਿ ਲੋਕ ਜਿਹੜੇ ਨੇ ਛਕਦੇ ਨੇ ਗੱਲਬਾਤ ਕਰਦੇ ਆ ਉਹਨਾਂ ਨਾਲ ਕੀ ਕਹਿਣਾ ਹੈ ਸੋ ਸਤਿ ਸ਼੍ਰੀ ਅਕਾਲ ਜੀ ਕਰਨੈਲ ਸਿੰਘ ਬੋਲਣ ਰਿਹਾ ਜੀ ਬਹੁਤ ਵਧੀਆ ਸਬਜ਼ੀ ਦਾਲ ਭਾਜੀ ਸਭ ਕੁਛ ਮਿਲ ਰਿਹਾ ਜੀ ਕੰਪਨੀ ਸਾਡੇ ਨਾਲ ਹੈ ਨਾਟਨ ਜੀ ਉੱਥੋਂ ਦੇ ਵਰਕਰ ਆ ਜੀ ਅਤੇ ਅਸੀਂ ਮਤਲਬ ਫੁਲਕਾ ਫੁਲਕਾ ਸੱਕ ਲੈਂਦੇ ਜਦੋਂ ਜ਼ਰੂਰ ਸੋ ਕਿੱਦਾਂ ਦੇਖਦੇ ਹੋ 10 ਰੁਪਏ ਦੇ ਵਿੱਚ ਗਰਮਾ ਗਰਮ ਪ੍ਰਸ਼ਾਦਾ ਮਿਲਦਾ ਹੈ ਅਤੇ ਪੇਟ ਭਰ ਖਾਣਾ ਮਿਲਦਾ ਕੀ ਕਹਿਣਾ ਚਾਹੁੰਦੇ ਸੋ ਕਿੱਦਾਂ ਦਾ ਉਪਰਾਲਾ ਇਹਨਾਂ ਦਾ ਤੁਹਾਨੂੰ ਲੱਗਦਾ ਬਹੁਤ ਵਧੀਆ ਸੀ ਵਧੀਆ ਲੱਗੇ ਬਹੁਤ ਮਾੜਿਆਂ ਲਈ ਵੀ ਚੰਗਿਆਂ ਲਈ ਬਹੁਤ ਵਧੀਆ ਸਿਸਟਮ ਕਰ ਦਿੱਤਾ ਸੋ ਕੀ ਕਹਿਣਾ ਚਾਹੁੰਦੇ ਉਹਨਾਂ ਬਾਰੇ ਬਸ ਠੀਕ ਹੈ ਬਿਲਕੁਲ ਇੱਦਾਂ ਚੱਲਦਾ ਰਿਹਾ ਪ੍ਰੋਗਰਾਮ ਤੇ ਜਨਤਾ ਖਾਂਦੀ ਦਾ ਜੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੜਾ ਵਧੀਆ ਉਪਰਾਲਾ ਹੈ 10 ਰੁਪਏ ਦੇ ਵਿੱਚ ਗਰਮਾ ਗਰਮ ਪ੍ਰਸ਼ਾਦੇ ਅਤੇ ਨਾਲ ਸਬਜ਼ੀ ਤਾਂ ਇੱਕ ਵਧੀਆ ਗੱਲ ਆ ਕਿ ਬੈਠ ਕੇ ਆਰਾਮ ਦੇ ਨਾਲ ਚੇਅਰਸ ਦੇ ਉੱਤੇ ਬੈਠ ਕੇ ਪੱਖੇ ਲੱਗੇ ਹੋਏ ਨੇ ਉੱਥੇ ਜਿਹੜਾ ਇਹ ਖਾਣਾ ਮਿਲਦਾ ਹੈ 10 ਰੁਪਏ ਦੇ ਵਿੱਚ ਪੇਟ ਭਰ ਖਾਣਾ ਮਿਲਦਾ ਹੈ ਜੇ ਸੀ ਆਈ ਰਸੋਈ ਵੱਲੋਂ ਬਟਾਲਾ ਸ਼ਹਿਰ ਦੀ ਲੋਕੇਸ਼ਨ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਦਾਨੀ ਸੱਜਣਾ ਤੱਕ ਪਹੁੰਚਣੀ ਚਾਹੀਦੀ ਹੈ ਕਿ ਜਿਹੜੇ ਪਿਆਰ ਕਰਦੇ ਨੇ ਇਹਨਾਂ ਨੂੰ ਅਤੇ ਉੱਥੋਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਬੜੀ ਵੱਡੀ ਸੇਵਾ ਹੁੰਦੀ ਹੈ ਕਿਸੇ ਨੂੰ ਪੇਟ ਭਰ ਖਾਣਾ ਖਵਾਉਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲ ਦੇ ਨਾਲ ਲੱਕੀ ਰਾਜਪੂਤ ਗੁਰਦਾਸਪੁਰ